ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਜਦੋਂ ਸਾਡੇ ਆਦਰਸ਼ ਹੋਏ ਸਾਡਾ ਅਕੀਦਾ ਹੋਇਆ ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ ਅਰੇ ਯਾਰ ਪਹਿਲੀ ਵਾਰ ਕਰ ਰਹੇ ਹੋ ਬਾਈ ਸਾਹਿਬ ਕਿਹਾ ਬਾਈ ਕਰ ਰਹੇ ਹੋ ਔਰ ਸਾਨੂੰ ਸਿਖਾਇਆ ਕੀ ਗਿਆ ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਠੀ ਦਸਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਹੈ ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਹਾਂ ਉਹਨਾਂ ਗੱਲਾਂ ਤੇ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ ਭਾਈ ਭਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ ਦਿੱਲੀ ਜਿਹੜਾ ਲਾਲ ਕਿਲੇ ਤੇ ਘਟਨਾ ਹੋਈ ਹੈ ਉਹਦੇ ਬਾਰੇ ਦੋ ਕੇਸ ਪਾਏ ਗਏ ਨੇ ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ ਇੱਕ ਕੇਸ ਹੋਣਾ ਚਾਹੀਦਾ ਆ ਨਹੀਂ ਇਹ ਗੱਲ ਹੈ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ ਯੂ ਗਾਈਜ਼ ਵਰ ਦੇਅਰ ਟੂ ਸਪੋਰਟ ਮੀ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਥੈਂਕ ਯੂ ਸੋ ਮੱਚ ਫੋਰ ਬੀਇੰਗ ਦੇਅਰ ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ ਦੇਖੋ ਇਹ ਗੱਲ ਮੰਨਣੀ ਪਊਗੀ ਹਨਾ ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ ਜਮਾਂ ਇੱਕ ਇੱਕ ਚੀਜ਼ ਕਲੀਅਰ ਕੀਤੀ ਆ ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ ਉਹਨਾਂ ਨੇ ਇੱਕ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇੰਸਟੀਗੇਟ ਕੀਤਾ ਨਾ ਇਹਨੇ ਕਿਸੇ ਨੂੰ ਪ੍ਰੋਵੋਕ ਕੀਤਾ ਨਾ ਇਹ ਵਾਇਲੈਂਸ 'ਚ ਸੀਗਾ ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ ਸੋ ਆਈ ਵੁੱਡ ਆਲਵੇਜ਼ ਇਹ ਗੱਲ ਆ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ ਯੂ ਗਾਈਜ਼ ਵਰ ਦੇਅਰ ਟੂ ਸਪੋਰਟ ਮੀ ਯੂ ਨੋ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਥੈਂਕ ਯੂ ਸੋ ਮੱਚ ਫੋਰ ਬੀਇੰਗ ਦੇਅਰ ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਅਤੇ ਇੱਕ ਲੜਾਈ ਲੜੀ ਆ ਬਾਹਰ ਅਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ ਦੇਖੋ ਇਹ ਗੱਲ ਮੰਨਣੀ ਪਊਗੀ ਹਨਾ ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ ਜਮਾਂ ਇੱਕ ਇੱਕ ਚੀਜ਼ ਕਲੀਅਰ ਕੀਤੀ ਆ ਜਿਵੇਂ ਮੇਰੇ 'ਤੇ ਇਲਜ਼ਾਮ ਲਾਏ ਗਏ ਸੀ ਉਹਨਾਂ ਨੇ ਇੱਕ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇੰਸਟੀਗੇਟ ਕੀਤਾ ਨਾ ਇਹਨੇ ਕਿਸੇ ਨੂੰ ਪ੍ਰੋਵੋਕ ਕੀਤਾ ਨਾ ਇਹ ਵਾਇਲੈਂਸ 'ਚ ਸੀਗਾ ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ ਸੋ ਆਈ ਵੁੱਡ ਆਲਵੇਜ਼ ਆਈ ਮੀਨ ਆਈ ਡੈਫੀਨੇਟਲੀ ਵੁੱਡ ਬੀ ਥੈਂਕਫੁਲ ਟੂ ਦਾ ਲਾਅ ਆਫ ਦਾ ਲੈਂਡ ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ ਪਰ ਸਰਕਾਰਾਂ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ ਉਹਦੇ ਬਾਰੇ ਹਜੇ ਮੈਂ ਕੁਛ ਕਹਿ ਨਹੀਂ ਸਕਦਾ ਇਹ ਤੁਹਾਨੂੰ ਜ਼ਿਆਦਾ ਹੀ ਪਤਾ ਤੁਹਾਨੂੰ ਹੁਣ ਸਭ ਕੁਛ ਤੁਹਾਡੇ ਸਾਹਮਣੇ ਅਸੀਂ ਜਕਾਰਾ ਵੀ ਲਾਇਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਲੇ ਸਰਬੱਤ ਦਾ ਭਲਾ ਹੁਣ ਸਰਬੱਤ ਦੇ ਭਲੇ ਦੀ ਗੱਲ ਜਦੋਂ ਹੋ ਗਈ ਤੇ ਇਹ ਔਕੜਾਂ ਵੀ ਆਉਂਦੀਆਂ ਹੁੰਦੀਆਂ ਸਮਾਂ ਵੀ ਆਉਂਦੇ ਹੁੰਦੇ ਆ ਤੇ ਸਮੇਂ ਜਿਹੜੇ ਆ ਇਹੋ ਜਿਹਾ ਸਮਾਂ ਉਹ ਬੰਦਿਆਂ ਤੇ ਹੀ ਆਉਂਦੇ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਬੰਦੇ ਹੀ ਉਹਨੂੰ ਨਿਭਾਉਂਦੇ ਆ ਤੇ ਉਹਦੇ 'ਚੋਂ ਨਿਕਲਦੇ ਆ ਤੇ ਫਿਰ ਜਿਹੜੇ ਸਾਡੇ ਅੰਦਰ ਦ੍ਰਿੜਤਾ ਉਹ ਹੋਰ ਮਜ਼ਬੂਤ ਹੋ ਜਾਂਦੀ ਆ ਸੋ ਇਹ ਜਿਹੜੀਆਂ ਕੋਠੜੀਆਂ 4x6 ਦੀਆਂ ਜਾਂ ਸੋਲਿਟਰੀ ਕਨਫਾਈਨਮੈਂਟਸ ਆ ਇਹ ਤੁਹਾਡੇ ਜਿਹੜੇ ਇਰਾਦੇ ਜਾਂ ਦ੍ਰਿੜਤਾ ਨਾ ਕਿਉਂਕਿ ਤੁਸੀਂ ਉਹਦੇ ਆਸਰੇ 'ਚ ਤੋੜ ਨਹੀਂ ਸਕਦੀ ਹੁਣ ਅੱਜ ਜਿਹੜੀ ਆਪਾਂ ਇਹ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਚੜ੍ਹਦੀ ਕਲਾ 'ਚ ਰਹੀ ਹੈ ਜੀ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਆ ਸਾਨੂੰ ਸਿਖਾਇਆ ਹੀ ਇਹ ਗਿਆ ਸਾਡੇ ਕਿਹਾ ਜਾਂਦੇ ਕਿ ਜ਼ੁਲਮ ਕਰਨਾ ਜੇ ਪਾਪ ਆ ਤੇ ਸਹਿਣਾ ਵੀ ਪਾਪ ਆ ਤੇ ਜ਼ੁਲਮ ਸਹਿਣ ਦੇ ਖਿਲਾਫ ਜਦੋਂ ਆਵਾਜ਼ ਚੱਕਦੇ ਆ ਅਸੀਂ ਤੇ ਉਹਦੇ ਲਈ ਇਦਾਂ ਦੀਆਂ ਚੀਜ਼ਾਂ ਦੇ ਲਈ ਤਿਆਰ ਰਹਿਣਾ ਹੋਊਗਾ ਦੇਖੋ ਗੱਲ ਐਂ ਆ ਤੁਸੀਂ ਸਾਡੀ ਸੈਂਸ ਆਫ ਹਿਸਟਰੀ ਹੁੰਦੀ ਹੈ ਇੱਕ ਹਨਾ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਓ ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਤੇ ਜਦੋਂ ਸਾਡੇ ਆਦਰਸ਼ ਉਹ ਆ ਸਾਡਾ ਅਕੀਦਾ ਉਹ ਆ ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ ਤੇ ਜਿੱਥੇ ਔਰ ਸਾਨੂੰ ਸਿਖਾਇਆ ਕੀ ਗਿਆ ਮਜ਼ਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਦਸਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਆ ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਹਾਂ ਉਹਨਾਂ ਗੱਲਾਂ 'ਤੇ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ।